ਉੱਤਰੀ ਭਾਰਤ ਦੇ ਵਿੱਚ ਕੋਹਰੇ ਦਾ ਕਹਿਰ ਹੁਣ ਸ਼ੁਰੂ ਹੋ ਚੁੱਕਾ ਵੈ ਔਰ ਉਸਦਾ ਇੰਪੈਕਟ ਜਿਹੜਾ ਵੈ ਲੋਕਾਂ ਦੇ ਯਾਤਾਯਾਤ ਉੱਤੇ ਪੈ ਰਿਹਾ। ਮੈਂ ਇਸ ਲਈ ਮੌਜੂਦ ਹਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ। ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾਉਣਾ ਚਾਹੂੰਗਾ ਕਿ ਯਾਤਰੀ ਜਿਹੜੇ ਹੈਗੇ ਨੇ ਵੱਡੀ ਤਾਦਾਦ ਦੇ ਵਿੱਚ ਸਟੇਸ਼ਨ ਦੇ ਉੱਤੇ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ, ਪਰ ਧੁੰਦ ਹੋਣ ਦੀ ਵਜ੍ਹਾ ਕਰਕੇ ਜਿਹੜੀ ਟ੍ਰੇਨਾਂ ਨੇ ਉਹ ਲਗਾਤਾਰ ਲੇਟ ਹੋ ਰਹੀਆਂ ਨੇ ਔਰ ਇਸ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਰਹੇ ਨੇ। ਮੇਰੇ ਨਾਲ ਕੁਛ ਯਾਤਰੀ ਹੈਗੇ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਸਰ, ਕਿਆ ਨਾਮ ਹੈ ਆਪਕਾ ਔਰ ਕਹਾਂ ਜਾਣਾ ਥਾ, ਕਿਆ ਦਿੱਕਤ ਆ ਰਹੀ ਹੈ? ਮੇਰਾ ਨਾਮ ਜੀ ਸ਼ਤਰੂਘਨ ਸਿੰਘ ਹੈ। ਮੈਂ ਦਿੱਲੀ ਜਾਣਾ ਥਾ ਔਰ ਸਵੇਰ 9 ਵਜੇ ਕੀ ਟ੍ਰੇਨ ਥੀ, ਅਭੀ ਤੱਕ ਟ੍ਰੇਨ ਆਈ ਨਹੀਂ ਔਰ ਮੈਂ ਸਵੇਰ ਸੇ ਯਹਾਂ ਠੰਡ ਮੇਂ ਖੜੇ ਖੜੇ ਕੁਹਾਸੇ ਕਾ ਕਲ ਬਤਾਇਆ ਗਿਆ, ਕਿਸੇ ਨੇ ਕੁਝ ਬਤਾਇਆ? ਨਹੀਂ, ਬਤਾ ਨਹੀਂ, ਅਨਾਊਂਸਮੈਂਟ ਕੀਆ ਥਾ ਕਿ ਗਾੜੀ 2:57 ਪੇ ਆਏਗੀ, ਜਬਕਿ 9 ਵਜੇ ਕਾ ਟ੍ਰੇਨ ਹੈ, ਅਭੀ ਤੱਕ ਤੋ ਆਈ ਨਹੀਂ, ਹਮ ਤੋ ਇੰਤਜ਼ਾਰ ਹੀ ਕਰ ਰਹੇ ਹੈਂ। ਕਿਆ ਕਾਰਨ ਕਿਆ ਬਤਾਇਆ ਜਾ ਰਿਹਾ ਹੈ, ਕੋਹਰੇ ਕੀ ਵਜ੍ਹਾ ਸੇ ਲੇਟ ਹੋ ਰਹੀ ਹੈ? ਕਾਰਨ ਕੁਛ ਬਤਾਇਆ ਨਹੀਂ ਜੀ, ਲੇਕਿਨ ਅਨੁਮਾਨ ਲਗਾਤੇ ਹੈ ਕਿ ਕੋਹਰੇ ਕੀ ਵਜ੍ਹਾ ਸੇ ਲੇਟ ਹੋ ਸਕਤਾ ਹੈ ਗਾੜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਧੁੰਦ ਦੀ ਵਜ੍ਹਾ ਕਰਕੇ ਜਿਹੜਾ ਵੈ ਉਹ ਲਗਾਤਾਰ ਟ੍ਰੇਨਾਂ ਲੇਟ ਹੋ ਰਹੀਆਂ ਨੇ, ਲੋਕ ਪਰੇਸ਼ਾਨ ਹੋ ਰਹੇ ਨੇ, ਲੋਕਾਂ ਨਾਲ ਅਸੀਂ ਗੱਲ ਕਰ ਰਹੇ ਨੇ। ਸਰ, ਆਪਣੇ ਕਹਾਂ ਜਾਣਾ ਥਾ, ਕਿਆ ਦਿੱਕਤ ਆ ਰਹੀ ਹੈ ਆਪਕੋ? ਅਭੀ ਮੁਝੇ ਦਿੱਲੀ ਜਾਣਾ ਥਾ, ਪਰੰਤੂ ਮੁਝੇ ਅਚਾਨਕ ਮੇਰੀ ਵੇਟਿੰਗ ਲਿਸਟ ਸੀ ਵੋ ਕਨਫਰਮ ਨਹੀਂ ਹੋਈ ਹੈ, ਤੋ ਅਬ ਮੁਝੇ ਜਨਰਲ ਮੇਂ ਜਾਣਾ ਪੜ ਰਹਾ ਹੈ। ਠੀਕ ਹੈ, ਔਰ ਟ੍ਰੇਨ ਅਭੀ ਆ ਗਈ ਆਪਕੀ? ਕਿਆ ਟ੍ਰੇਨ ਅਭੀ 1 ਘੰਟੇ ਲੇਟ ਚੱਲ ਰਹੀ ਹੈ, ਕਾਫੀ ਦਿੱਕਤ ਹੋ ਰਹੀ ਹੈ? ਬਹੁਤ ਦਿੱਕਤ ਹੋ ਰਹੀ ਹੈ, ਅਭੀ ਇੱਕ ਅਚਾਨਕ ਟ੍ਰੇਨ ਗਈ, ਉਸਕਾ ਕੋਈ ਕਨਫਰਮੇਸ਼ਨ ਨਹੀਂ ਥਾ ਕਿ ਵੋ ਕੌਨ ਸੀ ਟ੍ਰੇਨ ਆ ਰਹੀ ਹੈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨਾਂ ਲੇਟ ਹੋਣ ਦੀ ਵਜ੍ਹਾ ਕਰਕੇ ਜਿਹੜੇ ਲੋਕ ਨੇ ਉਹ ਖਾਸਾ ਪਰੇਸ਼ਾਨ ਹੋ ਰਹੇ ਨੇ। ਲੋਕਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਕੋਹਰੇ ਦੀ ਵਜ੍ਹਾ ਕਰਕੇ ਜਿਹੜੀ ਟ੍ਰੇਨਾਂ ਲੇਟ ਹੁੰਦੀਆਂ ਨੇ ਤਾਂ ਉਸਦਾ ਵਜ੍ਹਾ ਕਰਕੇ ਲੋਕ ਵੀ ਪਰੇਸ਼ਾਨੀ ਦਾ ਆਲਮ ਝੇਲਦੇ ਨੇ। ਰਾਤ ਰੋਹਿਤ ਗੋੜ, ਨਿਊਜ਼ 18। ਉੱਤਰੀ ਭਾਰਤ ਦੇ ਵਿੱਚ ਕੋਹਰੇ ਦਾ ਕਹਿਰ ਹੁਣ ਸ਼ੁਰੂ ਹੋ ਚੁੱਕਾ ਵੈ ਔਰ ਉਸਦਾ ਇੰਪੈਕਟ ਜਿਹੜਾ ਵੈ ਲੋਕਾਂ ਦੇ ਯਾਤਾਯਾਤ ਉੱਤੇ ਪੈ ਰਿਹਾ। ਮੈਂ ਇਸ ਲਈ ਮੌਜੂਦ ਹਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ। ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾਉਣਾ ਚਾਹੂੰਗਾ ਕਿ ਯਾਤਰੀ ਜਿਹੜੇ ਹੈਗੇ ਨੇ ਵੱਡੀ ਤਾਦਾਦ ਦੇ ਵਿੱਚ ਸਟੇਸ਼ਨ ਦੇ ਉੱਤੇ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ, ਪਰ ਧੁੰਦ ਹੋਣ ਦੀ ਵਜ੍ਹਾ ਕਰਕੇ ਜਿਹੜੀ ਟ੍ਰੇਨਾਂ ਨੇ ਉਹ ਲਗਾਤਾਰ ਲੇਟ ਹੋ ਰਹੀਆਂ ਨੇ ਔਰ ਇਸ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਰਹੇ ਨੇ। ਮੇਰੇ ਨਾਲ ਕੁਛ ਯਾਤਰੀ ਹੈਗੇ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ। ਸਰ, ਕਿਆ ਨਾਮ ਹੈ ਆਪਕਾ ਔਰ ਕਹਾਂ ਜਾਣਾ ਥਾ, ਕਿਆ ਦਿੱਕਤ ਆ ਰਹੀ ਹੈ? ਮੇਰਾ ਨਾਮ ਜੀ ਸ਼ਤਰੂਘਨ ਸਿੰਘ ਹੈ। ਮੈਂ ਦਿੱਲੀ ਜਾਣਾ ਥਾ ਔਰ ਸਵੇਰ 9 ਵਜੇ ਕੀ ਟ੍ਰੇਨ ਥੀ, ਅਭੀ ਤੱਕ ਟ੍ਰੇਨ ਆਈ ਨਹੀਂ ਔਰ ਮੈਂ ਸਵੇਰ ਸੇ ਯਹਾਂ ਠੰਡ ਮੇਂ ਖੜੇ ਖੜੇ ਕੁਹਾਸੇ ਕਾ ਕਲ ਬਤਾਇਆ ਗਿਆ, ਕਿਸੇ ਨੇ ਕੁਝ ਬਤਾਇਆ? ਨਹੀਂ, ਬਤਾ ਨਹੀਂ, ਅਨਾਊਂਸਮੈਂਟ ਕੀਆ ਥਾ ਕਿ ਗਾੜੀ 2:57 ਪੇ ਆਏਗੀ, ਜਬਕਿ 9 ਵਜੇ ਕਾ ਟ੍ਰੇਨ ਹੈ, ਅਭੀ ਤੱਕ ਤੋ ਆਈ ਨਹੀਂ, ਹਮ ਤੋ ਇੰਤਜ਼ਾਰ ਹੀ ਕਰ ਰਹੇ ਹੈਂ। ਕਿਆ ਕਾਰਨ ਕਿਆ ਬਤਾਇਆ ਜਾ ਰਿਹਾ ਹੈ, ਕੋਹਰੇ ਕੀ ਵਜ੍ਹਾ ਸੇ ਲੇਟ ਹੋ ਰਹੀ ਹੈ? ਕਾਰਨ ਕੁਛ ਬਤਾਇਆ ਨਹੀਂ ਜੀ, ਲੇਕਿਨ ਅਨੁਮਾਨ ਲਗਾਤੇ ਹੈ ਕਿ ਕੋਹਰੇ ਕੀ ਵਜ੍ਹਾ ਸੇ ਲੇਟ ਹੋ ਸਕਤਾ ਹੈ ਗਾੜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਧੁੰਦ ਦੀ ਵਜ੍ਹਾ ਕਰਕੇ ਜਿਹੜਾ ਵੈ ਉਹ ਲਗਾਤਾਰ ਟ੍ਰੇਨਾਂ ਲੇਟ ਹੋ ਰਹੀਆਂ ਨੇ, ਲੋਕ ਪਰੇਸ਼ਾਨ ਹੋ ਰਹੇ ਨੇ, ਲੋਕਾਂ ਨਾਲ ਅਸੀਂ ਗੱਲ ਕਰ ਰਹੇ ਨੇ। ਸਰ, ਆਪਣੇ ਕਹਾਂ ਜਾਣਾ ਥਾ, ਕਿਆ ਦਿੱਕਤ ਆ ਰਹੀ ਹੈ ਆਪਕੋ? ਅਭੀ ਮੁਝੇ ਦਿੱਲੀ ਜਾਣਾ ਥਾ, ਪਰੰਤੂ ਮੁਝੇ ਅਚਾਨਕ ਮੇਰੀ ਵੇਟਿੰਗ ਲਿਸਟ ਸੀ ਵੋ ਕਨਫਰਮ ਨਹੀਂ ਹੋਈ ਹੈ, ਤੋ ਅਬ ਮੁਝੇ ਜਨਰਲ ਮੇਂ ਜਾਣਾ ਪੜ ਰਹਾ ਹੈ। ਠੀਕ ਹੈ, ਔਰ ਟ੍ਰੇਨ ਅਭੀ ਆ ਗਈ ਆਪਕੀ? ਕਿਆ ਟ੍ਰੇਨ ਅਭੀ 1 ਘੰਟੇ ਲੇਟ ਚੱਲ ਰਹੀ ਹੈ, ਕਾਫੀ ਦਿੱਕਤ ਹੋ ਰਹੀ ਹੈ? ਬਹੁਤ ਦਿੱਕਤ ਹੋ ਰਹੀ ਹੈ, ਅਭੀ ਇੱਕ ਅਚਾਨਕ ਟ੍ਰੇਨ ਗਈ, ਉਸਕਾ ਕੋਈ ਕਨਫਰਮੇਸ਼ਨ ਨਹੀਂ ਥਾ ਕਿ ਵੋ ਕੌਨ ਸੀ ਟ੍ਰੇਨ ਆ ਰਹੀ ਹੈ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨਾਂ ਲੇਟ ਹੋਣ ਦੀ ਵਜ੍ਹਾ ਕਰਕੇ ਜਿਹੜੇ ਲੋਕ ਨੇ ਉਹ ਖਾਸਾ ਪਰੇਸ਼ਾਨ ਹੋ ਰਹੇ ਨੇ। ਲੋਕਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਕੋਹਰੇ ਦੀ ਵਜ੍ਹਾ ਕਰਕੇ ਜਿਹੜੀ ਟ੍ਰੇਨਾਂ ਲੇਟ ਹੁੰਦੀਆਂ ਨੇ ਤਾਂ ਉਸਦਾ ਵਜ੍ਹਾ ਕਰਕੇ ਲੋਕ ਵੀ ਪਰੇਸ਼ਾਨੀ ਦਾ ਆਲਮ ਝੇਲਦੇ ਨੇ। ਰਾਤ ਰੋਹਿਤ ਗੋੜ, ਨਿਊਜ਼ 18।